ਮੰਤਰੀ ਬਣਨ ਦੇ ਲਈ ਸਾਬਕਾ ਐਮਪੀ ਬਿੱਟੂ ਨੇ ਦਿੱਲੀ ਦੀਆਂ ਸੜਕਾਂ 'ਤੇ ਦੌੜ ਲਗਾਈ ਹੈ। ਦੱਸਦੇ ਕਿ ਟ੍ਰੈਫਿਕ ਦੇ ਵਿੱਚ ਕਾਰ ਫਸੀ ਤਾਂ ਬਿੱਟੂ ਭੱਜ ਕੇ ਪੀਐਮ ਹਾਊਸ ਪਹੁੰਚ ਗਏ। ਬਿੱਟੂ ਚੋਣ ਹਾਰ ਗਏ ਫਿਰ ਵੀ ਮੰਤਰੀ ਬਣਨ ਗਏ। ਲੁਧਿਆਣਾ ਲੋਕ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਬਿੱਟੂ ਨੂੰ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਦਿੱਲੀ ਤੋਂ ਫੋਨ ਆਇਆ, ਜਿਸ ਤੋਂ ਬਾਅਦ ਟ੍ਰੈਫਿਕ ਕਾਰਨ ਕਾਰ ਉਹਨਾਂ ਦੀ ਟ੍ਰੈਫਿਕ ਦੇ ਵਿੱਚ ਫਸ ਗਈ ਅਤੇ ਉਹ ਸੜਕ 'ਤੇ ਦੌੜਦੇ ਹੋਏ ਨਜ਼ਰ ਆਏ ਨੇ। ਪਿੱਛੇ ਪਿੱਛੇ ਉਹਨਾਂ ਦੇ ਸੁਰੱਖਿਆ ਗਾਰਡ ਨੇ ਤਾਂ ਉਹਨਾਂ ਨੇ ਭੱਜ ਕੇ ਪੀਐਮ ਹਾਊਸ ਤੱਕ ਦੌੜ ਲਗਾਈ। ਦਰਅਸਲ ਮੋਦੀ ਕੈਬਨਿਟ ਨੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਬਿੱਟੂ ਨੂੰ ਦਿੱਲੀ ਬੁਲਾਇਆ ਗਿਆ ਹੈ ਅਤੇ ਪ੍ਰਧਾਨ ਮੰਤਰੀ ਦੀ ਰਿਹਾਇਸ਼ 'ਤੇ ਚਾਹ ਦੇ ਲਈ ਸੱਦਾ ਦਿੱਤਾ ਗਿਆ ਹੈ। ਇਸ ਲਈ ਉਹ ਜਦੋਂ ਪ੍ਰਧਾਨ ਮੰਤਰੀ ਨਿਵਾਸ ਦੇ ਲਈ ਰਵਾਨਾ ਹੋਏ ਤਾਂ ਉਹਨਾਂ ਦੀ ਕਾਰ ਟ੍ਰੈਫਿਕ ਦੇ ਵਿੱਚ ਫਸ ਗਈ ਅਤੇ ਫਿਰ ਉਹ ਕਾਰ ਤੋਂ ਨਿਕਲ ਕੇ ਪੀਐਮ ਹਾਊਸ ਤੱਕ ਦੌੜਦੇ ਹੋਏ ਹੀ ਪਹੁੰਚ ਗਏ। ਤਾਂ ਇਹ ਤਸਵੀਰਾਂ ਮੌਕੇ ਦੀਆਂ ਸਾਹਮਣੇ ਆਈਆਂ ਨੇ, ਕਿਸ ਤਰੀਕੇ ਦੇ ਨਾਲ ਮੰਤਰੀ ਬਣਨ ਦੇ ਲਈ ਸਾਬਕਾ ਐਮਪੀ ਬਿੱਟੂ ਦੇ ਵੱਲੋਂ ਦੌੜ ਲਗਾਈ ਜਾ ਰਹੀ ਹੈ। ਪੀਐਮ ਮੋਦੀ ਨੂੰ ਮਿਲਣਾ ਹੈ, ਚਾਹ 'ਤੇ ਸੱਦਾ ਦਿੱਤਾ ਗਿਆ, ਟ੍ਰੈਫਿਕ ਦੇ ਵਿੱਚ ਕਾਰ ਫਸੀ ਤਾਂ ਬਿੱਟੂ ਭੱਜ ਕੇ ਪੀਐਮ ਹਾਊਸ ਪਹੁੰਚੇ ਨੇ। ਭਾਵੇਂ ਕਿ ਲੋਕ ਸਭਾ ਦੀ ਚੋਣ ਲੁਧਿਆਣਾ ਤੋਂ ਹਾਰ ਗਏ, ਫਿਰ ਵੀ ਇਹਨਾਂ ਨੂੰ ਮੋਦੀ ਸਰਕਾਰ ਦੇ ਵੱਲੋਂ ਵੱਡੇ ਅਹੁਦੇ ਦੇ ਨਾਲ ਨਿਵਾਜ਼ਿਆ ਜਾਵੇਗਾ। ਤਾਂ ਦੱਸਦੇ ਕਿ ਮੰਤਰੀ ਬਣਨ ਦੇ ਲਈ ਬਿੱਟੂ ਦੇ ਵੱਲੋਂ ਦਿੱਲੀ ਦੀ ਸੜਕ 'ਤੇ ਦੌੜ ਲਗਾਈ ਗਈ। ਬਿੱਟੂ ਭੱਜ ਕੇ ਪੀਐਮ ਹਾਊਸ ਤੱਕ ਪਹੁੰਚੇ ਨੇ। ਮੰਤਰੀ ਬਣਨ ਦੇ ਲਈ ਸਾਬਕਾ ਐਮਪੀ ਬਿੱਟੂ ਨੇ ਦਿੱਲੀ ਦੀਆਂ ਸੜਕਾਂ 'ਤੇ ਦੌੜ ਲਗਾਈ ਹੈ। ਦੱਸਦੇ ਕਿ ਟ੍ਰੈਫਿਕ ਦੇ ਵਿੱਚ ਕਾਰ ਫਸੀ ਤਾਂ ਬਿੱਟੂ ਭੱਜ ਕੇ ਪੀਐਮ ਹਾਊਸ ਪਹੁੰਚ ਗਏ। ਬਿੱਟੂ ਚੋਣ ਹਾਰ ਗਏ ਫਿਰ ਵੀ ਮੰਤਰੀ ਬਣਨ ਗਏ। ਲੁਧਿਆਣਾ ਲੋਕ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਬਿੱਟੂ ਨੂੰ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਦਿੱਲੀ ਤੋਂ ਫੋਨ ਆਇਆ, ਜਿਸ ਤੋਂ ਬਾਅਦ ਟ੍ਰੈਫਿਕ ਕਾਰਨ ਕਾਰ ਉਹਨਾਂ ਦੀ ਟ੍ਰੈਫਿਕ ਦੇ ਵਿੱਚ ਫਸ ਗਈ ਅਤੇ ਉਹ ਸੜਕ 'ਤੇ ਦੌੜਦੇ ਹੋਏ ਨਜ਼ਰ ਆਏ ਨੇ। ਪਿੱਛੇ ਪਿੱਛੇ ਉਹਨਾਂ ਦੇ ਸੁਰੱਖਿਆ ਗਾਰਡ ਨੇ ਤਾਂ ਉਹਨਾਂ ਨੇ ਭੱਜ ਕੇ ਪੀਐਮ ਹਾਊਸ ਤੱਕ ਦੌੜ ਲਗਾਈ। ਦਰਅਸਲ ਮੋਦੀ ਕੈਬਨਿਟ ਨੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਬਿੱਟੂ ਨੂੰ ਦਿੱਲੀ ਬੁਲਾਇਆ ਗਿਆ ਹੈ ਅਤੇ ਪ੍ਰਧਾਨ ਮੰਤਰੀ ਦੀ ਰਿਹਾਇਸ਼ 'ਤੇ ਚਾਹ ਦੇ ਲਈ ਸੱਦਾ ਦਿੱਤਾ ਗਿਆ ਹੈ। ਇਸ ਲਈ ਉਹ ਜਦੋਂ ਪ੍ਰਧਾਨ ਮੰਤਰੀ ਨਿਵਾਸ ਦੇ ਲਈ ਰਵਾਨਾ ਹੋਏ ਤਾਂ ਉਹਨਾਂ ਦੀ ਕਾਰ ਟ੍ਰੈਫਿਕ ਦੇ ਵਿੱਚ ਫਸ ਗਈ ਅਤੇ ਫਿਰ ਉਹ ਕਾਰ ਤੋਂ ਨਿਕਲ ਕੇ ਪੀਐਮ ਹਾਊਸ ਤੱਕ ਦੌੜਦੇ ਹੋਏ ਹੀ ਪਹੁੰਚ ਗਏ। ਤਾਂ ਇਹ ਤਸਵੀਰਾਂ ਮੌਕੇ ਦੀਆਂ ਸਾਹਮਣੇ ਆਈਆਂ ਨੇ, ਕਿਸ ਤਰੀਕੇ ਦੇ ਨਾਲ ਮੰਤਰੀ ਬਣਨ ਦੇ ਲਈ ਸਾਬਕਾ ਐਮਪੀ ਬਿੱਟੂ ਦੇ ਵੱਲੋਂ ਦੌੜ ਲਗਾਈ ਜਾ ਰਹੀ ਹੈ। ਪੀਐਮ ਮੋਦੀ ਨੂੰ ਮਿਲਣਾ ਹੈ, ਚਾਹ 'ਤੇ ਸੱਦਾ ਦਿੱਤਾ ਗਿਆ, ਟ੍ਰੈਫਿਕ ਦੇ ਵਿੱਚ ਕਾਰ ਫਸੀ ਤਾਂ ਬਿੱਟੂ ਭੱਜ ਕੇ ਪੀਐਮ ਹਾਊਸ ਪਹੁੰਚੇ ਨੇ। ਭਾਵੇਂ ਕਿ ਲੋਕ ਸਭਾ ਦੀ ਚੋਣ ਲੁਧਿਆਣਾ ਤੋਂ ਹਾਰ ਗਏ, ਫਿਰ ਵੀ ਇਹਨਾਂ ਨੂੰ ਮੋਦੀ ਸਰਕਾਰ ਦੇ ਵੱਲੋਂ ਵੱਡੇ ਅਹੁਦੇ ਦੇ ਨਾਲ ਨਿਵਾਜ਼ਿਆ ਜਾਵੇਗਾ। ਤਾਂ ਦੱਸਦੇ ਕਿ ਮੰਤਰੀ ਬਣਨ ਦੇ ਲਈ ਬਿੱਟੂ ਦੇ ਵੱਲੋਂ ਦਿੱਲੀ ਦੀ ਸੜਕ 'ਤੇ ਦੌੜ ਲਗਾਈ ਗਈ। ਬਿੱਟੂ ਭੱਜ ਕੇ ਪੀਐਮ ਹਾਊਸ ਤੱਕ ਪਹੁੰਚੇ ਨੇ।